ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ PVR ਇਲਾਂਟੇ ਮਾਲ ਜਿੱਥੇ ਮੂਵੀ ਰਿਲੀਜ਼ ਹੋਈ ਹੈ ਢੋਲ ਰੱਤੀ। ਇਹ ਮੂਵੀ 1970 ਦੇ ਉਸ ਦੌਰ ਨੂੰ ਬਿਆਨ ਕਰਦੀ ਹੈ ਜਦ ਪੰਜਾਬ ਪਾਕਿਸਤਾਨ ਬਾਰਡਰ 'ਤੇ ਐਮਰਜੈਂਸੀ ਲੱਗੀ ਹੋਈ ਸੀ ਅਤੇ ਉਸ ਟਾਈਮ 'ਤੇ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਦੇ ਸੀਗੇ। ਇਹ ਮੂਵੀ ਇੱਕ ਪਰਿਵਾਰਿਕ ਮੂਵੀ ਹੈ ਅਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਸ਼ਿਵਮ ਸ਼ਰਮਾ ਨੇ ਅਤੇ ਲੀਡ ਰੋਲ 'ਤੇ ਦਿਖਾਈ ਦੇਣਗੇ ਲੱਖਾ ਲਖਵਿੰਦਰ ਸਿੰਘ ਅਤੇ ਪੂਜਾ ਠਾਕੁਰ ਜੀ ਅਤੇ ਪ੍ਰੋਡਿਊਸ ਕੀਤਾ ਮਾਈਕ ਵਰਮਾ ਨੇ। ਆਓ ਜੀ ਹੁਣ ਲੋਕਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਉਹ ਮੂਵੀ ਕਿਹੋ ਜਿਹੀ ਲੱਗੀ। ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ? ਅੱਛੀ ਸੀਗੀ ਮੂਵੀ, ਬਹੁਤ ਅੱਛੀ ਸੀ, ਬਹੁਤ ਜ਼ਬਰਦਸਤ, ਬਹੁਤ ਵਧੀਆ ਜੀ, ਬਹੁਤ ਵਧੀਆ ਫਿਲਮ ਸੀਗੀ ਜੀ, ਬਹੁਤ ਅੱਛੀ। ਇਟ ਵਾਸ ਗੁੱਡ, ਬਹੁਤ ਅੱਛੀ ਲੱਗੀ ਮੂਵੀ। ਆਈ ਵਾਸ ਅ ਪਾਰਟ ਆਫ ਅ ਪ੍ਰੋਡਕਸ਼ਨ ਐਸ ਵੈਲ, ਸੋ ਇਟ ਵਾਸ ਗੁੱਡ। ਇਟ ਵਾਸ ਬੇਸਡ ਔਨ ਅ ਫੈਮਿਲੀ ਰਿਲੇਸ਼ਨਸ਼ਿਪ, ਸੋ ਯੈਸ, ਇਟ ਗਿਵਸ ਅਸ ਅ ਵੈਲਿਊ। ਬਹੁਤ ਇੰਜੋਏ ਕੀਤਾ ਨਜ਼ਾਰੇ, ਬਹੁਤ ਵਧੀਆ ਮੂਵੀ ਹੈ ਜੀ, ਸਾਡੇ ਰਿਸ਼ਤਿਆਂ ਤੋਂ ਰਿਲੇਟਿਡ ਅਤੇ ਸਾਡੇ ਕਲਚਰ ਤੋਂ ਬਹੁਤ ਜ਼ਿਆਦਾ ਯਾਨੀ ਕਿ ਨੋਟ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਵਧੀਆ ਸੰਦੇਸ਼ ਮਿਲੇ ਨੇ ਇਸ ਮੂਵੀ। ਬਹੁਤ ਵਧੀਆ, ਬਹੁਤ ਇੰਟਰਟੇਨ, ਫੁੱਲ ਇੰਟਰਟੇਨ, ਬਹੁਤ ਵਧੀਆ ਲੱਗੀ, ਬਹੁਤ ਵਧੀਆ ਪਰਵਾਹ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਟੱਚਿੰਗ ਮੂਵੀ ਸੀ, ਬਹੁਤ ਅੱਛੀ ਮੂਵੀ ਸੀ। ਠੀਕ ਹੈ ਪਰ ਸੰਭਾਲੀ ਨਹੀਂ ਗਈ ਉਹ ਜੀ ਜਿਤਨਾ ਦੀ ਚਾਹੀਦੀ, ਸਟੋਰੀ ਅੱਛੀ ਸੀ, ਪਤਾ ਨਹੀਂ ਲੱਗਿਆ ਵੀ ਹੀਰੋ ਕਿਹੜਾ ਸੀ। ਬਾਕੀ ਲਖਵਿੰਦਰ ਭਾਈ ਉਹਨਾਂ ਦਾ ਕੰਮ ਵਧੀਆ ਸੀਗਾ, ਮੂਵੀ ਵਧੀਆ ਸੀ, ਵਧੀਆ ਮੂਵੀ ਲੱਗੀ, ਅੱਛੀ ਹੈ, ਸਮਾਜਿਕ ਫਿਲਮ ਹੈ ਜੀ, ਦੇਖਣੀ ਚਾਹੀਦੀ ਹੈ ਸਾਰਿਆਂ ਨੂੰ, ਬਹੁਤ ਵਧੀਆ ਫਿਲਮ ਹੈ। ਸਾਰਿਆਂ ਦੀ ਐਕਟਿੰਗ ਕਿਵੇਂ ਲੱਗੀ? ਬਹੁਤ ਅੱਛੀ। ਐਂਡ ਸਭ ਦੀ ਐਕਟਿੰਗ ਵਧੀਆ ਲੱਗੀ ਤੁਹਾਨੂੰ? ਯਾ, ਇਟ ਵਾਸ ਗੁੱਡ, ਬਹੁਤ ਘੈਂਟ, ਸਪੈਸ਼ਲੀ ਸਟਾਰਸ ਦੇ ਨਾਲ, ਸਪੈਸ਼ਲੀ ਲੱਖਾ ਭਾਈ। ਸਾਰਿਆਂ ਦੀ ਐਕਟਿੰਗ ਕਿਵੇਂ ਲੱਗੀ? ਐਕਟਿੰਗ ਵਧੀਆ ਸੀ, ਖਾਸ ਹੀਰੋ ਦੀ, ਜਿਹੜਾ ਹੀਰੋ ਸੀ ਵਧੀਆ ਐਕਟਿੰਗ। ਕੰਮ ਲਖਵਿੰਦਰ ਲੱਖਾ ਦਾ ਕੰਮ ਬਹੁਤ ਅੱਛਾ, ਮਲਕੀਤ ਰੋਣੀ ਬਹੁਤ ਅੱਛਾ ਕਰੈਕਟਰ ਕੀਤਾ, ਬਾਕੀ ਸਾਰਿਆਂ ਦੇ ਬਹੁਤ ਅੱਛਾ ਕੰਮ ਸੀਗਾ। ਕਿੰਨੇ ਸਟਾਰਸ ਦੇਣਾ ਚਾਹੋਗੇ? 5 ਸਟਾਰ, 5 ਸਟਾਰ, ਪਰਿਵਾਰਿਕ ਫਿਲਮ ਫੁੱਲ ਹੈ ਸਾਰੇ ਜੀ, 3 5 ਸਟਾਰ, 5 ਟੂ 5 ਵੀ ਦੇਣਾ ਚਾਹੂੰਗਾ, ਜਿੰਨੇ ਤੋਂ ਨਹੀਂ ਘੱਟਣੇ, ਫੁੱਲ ਜਿੰਨੇ ਹੈ, 5 ਸਟਾਰ, 4 ਸਟਾਰ, 2 ਮੇਰੇ ਵੱਲੋਂ, ਸਟਾਰ 3। ਸਰ ਕਿਵੇਂ ਲੱਗ ਰਿਹਾ ਮੂਵੀ ਰਿਲੀਜ਼ ਤੋਂ ਬਾਅਦ? ਸਭ ਤੋਂ ਪਹਿਲਾਂ ਤਾਂ ਪੰਜਾਬੀ ਮੀਨੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆਪਣਾ ਵਕਤ ਕੱਢ ਕੇ ਸਾਡੇ ਨਾਲ ਬਹਿ ਕੇ ਫਿਲਮ ਵੇਖੀ ਜੀ, ਔਰ ਬਹੁਤ ਵਧੀਆ ਲੱਗ ਰਿਹਾ। ਤੁਹਾਨੂੰ ਪਤਾ ਹੀ ਹੈ ਕਿ ਵਿਆਹਲੇ ਮੁੰਡੇ ਨੂੰ ਤਾਂ ਵਧੀਆ ਲੱਗਦਾ ਹੁੰਦਾ, ਔਰ ਸੱਚੀ ਚੰਗਾ ਲੱਗਿਆ ਮੈਨੂੰ ਅੱਜ ਇੰਨੇ ਸਾਡੇ ਮਹਿਮਾਨ ਪਹੁੰਚੇ, ਦਰਸ਼ਕ ਪਹੁੰਚੇ, ਬਜ਼ੁਰਗ ਵੀ ਆਏ, ਬੱਚੇ ਵੀ ਆਏ, ਸਾਰੇ ਵੀ ਆਏ, ਹਰੇਕ ਏਜ ਦਿਆਂ ਨੇ ਬਹਿ ਕੇ ਇੱਥੇ ਫਿਲਮ ਦਾ ਇੰਜੋਏ ਕੀਤਾ ਅਤੇ ਮੈਨੂੰ ਬਹੁਤ ਵਧੀਆ ਲੱਗਾ। ਅਤੇ ਮੈਂ ਇਹੋ ਹੀ ਇੱਕ ਅਪੀਲ ਕਰਦਾ ਕਿ ਸਾਡੀ ਫਿਲਮ ਲੱਗ ਗਈ ਹੈ ਜੀ ਅੱਜ ਢੋਲ ਰੱਤੀ ਦਾ, ਅੱਜ ਪਹਿਲਾ ਦਿਨ ਸੀਗਾ ਅੱਜ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਤਹਿਸੀਲ ਪਾਤੜਾਂ ਤੋਂ, ਜ਼ਿਲ੍ਹੇ ਪਟਿਆਲੇ ਤੋਂ, ਜਿਨ੍ਹਾਂ ਨੇ ਪਹਿਲਾ ਸ਼ੋਅ ਅੱਜ ਫੁੱਲ ਸੀਗਾ ਔਰ ਅੱਜ ਮੈਂ ਉੱਥੇ ਵਿਜਿਟ ਕੀਤੀ, ਔਰ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਵੀਰਾਂ ਦਾ ਅਤੇ ਜਿਹੜੇ ਮੌਕਾ ਕੱਢ ਟਾਈਮ ਕੱਢ ਕੇ ਉੱਥੇ ਫਿਲਮ ਵੇਖਣ ਆਏ। ਅਤੇ ਦੋਸਤੋ ਇੱਕੋ ਹੀ ਗੁਜ਼ਾਰਿਸ਼ ਹੈ ਕਿ ਸਾਡਾ ਤਾਂ ਫਰਜ਼ ਸੀਗਾ ਇੱਕ ਸੋਹਣੀ ਫਿਲਮ ਬਣਾਉਣ ਦਾ ਔਰ ਤੁਹਾਡੇ ਰੂਬਰੂ ਕਰਾਉਣ ਦਾ, ਅਤੇ ਹੁਣ ਪਲੀਜ਼ ਤੁਸੀਂ ਆਪਣੇ ਨੇੜੇ ਦੇ ਘਰਾਂ ਦੇ ਵਿੱਚ ਜਾ ਕੇ ਆਪਣਾ ਫਰਜ਼ ਨਿਭਾ ਦਿਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਿਹੋ ਜਿਹਾ ਲੱਗ ਰਿਹਾ ਮੂਵੀ ਤੋਂ ਬਾਅਦ? ਹੁਣ ਤੁਹਾਨੂੰ ਤੁਸੀਂ ਦੱਸਣਾ ਚਾਹੀਦਾ ਹੈ ਕਿ ਕਿਉਂਕਿ ਉੱਪਰ ਦੇ ਆਪਣਾ ਕੰਮ ਕਰਕੇ ਦੱਸਦਾ, ਹੁਣ ਆਡੀਅੰਸ ਨੂੰ ਦੱਸਣਾ ਚਾਹੀਦਾ। ਔਰ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਮੈਂ ਪੰਜਾਬੀ ਫਸਟ ਮੂਵੀ ਡੈਬਿਊ ਕਰ ਰਹੀ ਹਾਂ ਔਰ ਮੈਨੂੰ ਆਪਣੇ ਪੰਜਾਬ ਦੇ ਕਲਚਰ ਦੇ ਨਾਲ ਜੁੜ ਕੇ ਵੀ ਬਹੁਤ ਅੱਛਾ ਲੱਗਿਆ। ਜਦੋਂ ਮੈਂ ਲਾਈਵ ਕੀਤਾ ਮੈਨੂੰ ਵੀ 1970 ਦੀ ਸਟੋਰੀ ਦਾ ਪਤਾ ਚੱਲਿਆ ਕਿ ਕਿਸ ਤਰ੍ਹਾਂ ਆਪਾਂ 1970 ਦੇ ਵਿੱਚ ਕਿਸ ਤਰ੍ਹਾਂ ਲੋਕ ਆਪਣੇ ਰਿਲੇਸ਼ਨ ਨੂੰ ਜੋੜ ਕੇ ਰੱਖਦੇ ਸੀਗੇ, ਕਿਸ ਤਰ੍ਹਾਂ ਰੱਤੀ ਜਿਹੜੀ ਹੈ ਉਸਦੀ ਵਾਈਫ ਹੈ ਢੋਲਣ ਦੀ, ਉਹ ਕਿਸ ਤਰ੍ਹਾਂ ਮਤਲਬ ਕਿ ਆਪਣੇ ਰਿਸ਼ਤੇ ਨੂੰ ਪਰੋ ਕੇ ਰੱਖਦੀ ਹੈ, ਐਂਡ ਮੂਵਮੈਂਟ ਤੱਕ ਆਪਣਾ ਰਿਲੇਸ਼ਨ ਨੂੰ ਖਤਮ ਨਹੀਂ ਕਰਨਾ ਚਾਹੁੰਦੀ ਉਹ। ਅਤੇ ਬਹੁਤ ਹੀ ਵਧੀਆ ਲੱਗ ਰਿਹਾ ਅੱਜ ਢੋਲ ਰੱਤੀ ਮੂਵੀ ਸਕਰੀਨ 'ਤੇ ਦੇਖ ਕੇ। ਮੈਨੂੰ ਬਹੁਤ ਹੀ ਜ਼ਿਆਦਾ ਉਮੀਦ ਹੈ ਕਿ ਤੁਹਾਨੂੰ ਵੀ ਇੱਕ ਸਾਰਿਆਂ ਨੂੰ ਪਸੰਦ ਆਏਗੀ ਇਹ ਮੂਵੀ। ਮੈਮ ਕਿਵੇਂ ਲੱਗ ਰਿਹਾ ਮੂਵੀ ਰਿਲੀਜ਼ ਤੋਂ ਬਾਅਦ? ਹਾਂ ਦੇਖੋ, ਅਸੀਂ ਕਹਾਣੀ ਦੇ ਮੁਤਾਬਕ ਆਪਣਾ ਕੰਮ ਕੀਤਾ ਅਤੇ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਰਾਜੇ ਹੁਣ ਸਾਰਾ ਆਡੀਅੰਸ 'ਤੇ ਹੈ, ਹੈ ਨਾ। ਅਤੇ ਮੈਨੂੰ ਇੱਕ ਜ਼ਰੂਰ ਲੱਗਦਾ ਕਿ ਇਸ ਫਿਲਮ ਦੇ ਵਿੱਚ ਹਰ ਰੰਗ ਹੈ, ਰਿਸ਼ਤਿਆਂ ਦੀ ਬੇਜੋੜ ਗਾਥਾ ਹੈ, ਕਿਵੇਂ ਸਾਡੇ ਟੁੱਟ ਰਹੇ ਰਿਸ਼ਤੇ ਜਿਹੜੇ ਅੱਜ, ਅਤੇ ਮੈਨੂੰ ਲੱਗਦਾ ਯੂਥ ਦੇਖ ਕੇ ਜ਼ਰੂਰ ਕੁਛ ਮਹਿਸੂਸ ਕਰੂਗਾ, ਹੈ ਨਾ। ਉਹ ਮੈਨੂੰ ਬਹੁਤ ਚੰਗਾ ਲੱਗਿਆ। ਬਾਕੀ ਆਪਣੇ ਕਰੈਕਟਰ ਬਾਰੇ ਦੱਸਾਂ, ਨੈਗੇਟਿਵ ਕਰੈਕਟਰ ਜ਼ਰੂਰ ਹੈ ਪਰ ਸਮਾਜ ਦੇ ਵਿੱਚ ਇਹ ਨੈਗੇਟਿਵਿਟੀ ਹੈਗੀ ਹੈ, ਅਤੇ ਮੈਂ ਚਾਹੂੰਗੀ ਕਿ ਮੇਰੇ ਵਰਗੇ ਕਰੈਕਟਰ ਨੂੰ ਦੇਖ ਕੇ ਲੋਕ ਨੈਗੇਟਿਵ ਬਣਨ ਦੀ ਕੋਸ਼ਿਸ਼ ਨਾ ਕਰਨ, ਪੋਜ਼ਿਟਿਵ ਰਹਿਣ, ਅਤੇ ਵਧੀਆ ਪੰਜਾਬੀ ਸਿਨੇਮੇ ਨੂੰ ਪਿਆਰ ਦੇ ਰਹੇ ਹੈ, ਅਤੇ ਮੈਨੂੰ ਲੱਗਦਾ ਹੋਰ ਹਜੇ ਲੋੜ ਹੈ, ਹੈ ਨਾ। ਅਤੇ ਬਹੁਤ ਚੰਗਾ ਲੱਗ ਰਿਹਾ ਬੱਚੇ, ਬਹੁਤ ਹੀ ਵਧੀਆ ਲੱਗ ਰਿਹਾ, ਅਤੇ ਮੈਂ ਪੂਰੀ ਆਸ ਰੱਖੂੰਗੀ ਮੇਰੇ ਸਰੋਤਿਆਂ ਤੋਂ ਜਿਹੜੇ ਅੱਜ ਦੇਖ ਕੇ ਗਏ ਨੇ। ਬੜੀ ਖੁਸ਼ੀ ਹੋਈ ਕਿ ਬਹੁਤ ਲੋਕਾਂ ਨੇ ਫਿਲਮ ਦੇਖੀ ਹੈ, ਅਤੇ ਇਹ ਮਾਊਥ ਪਬਲਿਸਿਟੀ ਵੀ ਹੋਊਗੀ, ਅਤੇ ਤੁਸੀਂ ਆਪ ਖੁਦ ਵੀ ਦੇਖੀ ਹੈ, ਅਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ।
ਲੋ ਜੀ ਲੋਕਾਂ ਨੇ ਤਾਂ ਦੱਸਤਾ ਕਿ ਉਹਨਾਂ ਨੂੰ ਮੂਵੀ ਕਿਹੋ ਜਿਹੀ ਲੱਗੀ। ਹੁਣ ਤੁਸੀਂ ਵੀ ਮੂਵੀ ਦੇਖਣ ਜ਼ਰੂਰ ਜਾਓ ਅਤੇ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਮੂਵੀ ਕਿਹੋ ਜਿਹੀ ਲੱਗੀ ਅਤੇ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ। ਦਿਸ ਵਾਜ਼ ਮਨਾ ਸ਼ਰਮਾ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ।